ਹੁਣ ਆਪਾਂ ਗੱਲ ਕਰਦੇ ਹਾਂ ਕੁਝ ਬੇਕਰੀ ਟਰਮਸ ਦੀ ਜੋ ਕਿ ਟੈਕਨੀਕਲ ਟਰਮਸ ਹੈਗੇ ਜੋ ਆਪਾਂ ਬੇਕਰੀ ਇੰਡਸਟਰੀ ਵਿੱਚ ਨੋਰਮਲ ਭਾਸ਼ਾ ਵਿੱਚ ਪ੍ਰਯੋਗ ਕਰਦੇ ਹੈਗੇ। ਇਹਨਾਂ ਦਾ ਮੁੱਖ ਤੌਰ 'ਤੇ ਆਪਾਂ ਰੋਜ਼ ਡੇਲੀ ਜਦ ਆਪਾਂ ਕੰਮ ਕਰਦੇ ਹਾਂ ਬੇਕਰੀ ਵਿੱਚ ਇਹਨਾਂ ਦਾ ਕਿੱਥੇ ਨਾ ਕਿੱਥੇ ਯੂਜ਼ ਕੀਤਾ ਜਾਂਦਾ ਹੈਗਾ। ਇਸ ਕਰਕੇ ਮੈਂ ਤੁਹਾਨੂੰ ਛੋਟੇ ਛੋਟੇ ਟਰਮਸ ਹੈਗੇ ਜਿਨ੍ਹਾਂ ਬਾਰੇ ਇੱਕ ਇੱਕ ਦੋ ਦੋ ਲਾਈਨਾਂ ਵਿੱਚ ਤੁਹਾਨੂੰ ਇਹਨਾਂ ਦਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਟਰਮ ਆਉਂਦਾ ਹੈ ਅਬਜ਼ੋਰਪਸ਼ਨ। ਜਦ ਵੀ ਅਬਜ਼ੋਰਪਸ਼ਨ ਦੀ ਆਪਾਂ ਗੱਲ ਕਰਦੇ ਹਾਂ, ਇੱਥੇ ਆਪਾਂ ਗੱਲ ਕਰਦੇ ਹਾਂ ਦ ਕੱਪ ਕਿ ਮੈਦੇ ਦੀ ਪਾਣੀ ਸੋਕਣੇ ਦੀ ਸ਼ਮਤਾ ਕੀ ਹੈਗੀ। ਕਿਉਂਕਿ ਅਗਰ ਮੈਦੇ ਦੀ ਪਾਣੀ ਸੋਕਣੇ ਦੀ ਸ਼ਮਤਾ ਬਹੁਤ ਜ਼ਿਆਦਾ ਹੈਗੀ ਤਾਂ ਇਹਦਾ ਮਤਲਬ ਉਹ ਤੁਹਾਨੂੰ ਪ੍ਰੋਫਿਟ ਹੈਗਾ। ਅਗਰ ਮੈਦੇ ਦੀ ਪਾਣੀ ਸੋਕਣੇ ਦੀ ਸ਼ਮਤਾ ਘੱਟ ਹੈਗੀ ਤਾਂ ਇਹਦਾ ਮਤਲਬ ਤੁਹਾਨੂੰ ਕੁਝ ਨੁਕਸਾਨ ਹੈਗਾ। ਹੁਣ ਆਪਾਂ ਗੱਲ ਕੀਤੀ ਸੀ ਗਲੂਟਨ ਦੀ, ਅਗਰ ਮੈਦੇ ਵਿੱਚ ਗਲੂਟਨ ਬਹੁਤ ਜ਼ਿਆਦਾ ਹੈਗਾ ਤਾਂ ਉਹਦੀ ਪਾਣੀ ਸੋਕਣੇ ਦੀ ਸ਼ਮਤਾ ਆਪਣੇ ਆਪ ਵੱਧ ਜਾਏਗੀ। ਲੇਕਿਨ ਅਗਰ ਮੈਦੇ ਵਿੱਚ ਗਲੂਟਨ ਘੱਟ ਹੈਗਾ ਤਾਂ ਉਹਦੀ ਪਾਣੀ ਸੋਕਣੇ ਦੀ ਸ਼ਮਤਾ ਘੱਟ ਜਾਏਗੀ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ ਅਬਜ਼ੋਰਪਸ਼ਨ ਦੀ। ਮੈਦੇ ਦੀ ਪਾਣੀ ਸੋਕਣੇ ਦੀ ਸ਼ਮਤਾ ਉਹਨੂੰ ਆਪਾਂ ਅਬਜ਼ੋਰਪਸ਼ਨ ਕਹਿੰਦੇ ਹੈਗੇ। ਅਤੇ ਇੱਕ ਅੱਛੇ ਮੈਦੇ ਵਿੱਚ ਘੱਟ ਤੋਂ ਘੱਟ 60-70% ਪਾਣੀ ਸੋਕਣੇ ਦੀ ਸ਼ਮਤਾ ਹੁੰਦੀ ਹੈਗੀ। ਦੂਜਾ ਟਰਮ ਆਪਾਂ ਇੱਥੇ ਲੈਂਦੇ ਹਾਂ ਏਰੇਸ਼ਨ। ਏਰੇਸ਼ਨ ਆਪਾਂ ਮੁੱਖ ਦਾ ਕਹਿੰਦੇ ਹਾਂ ਕਿ ਜਦ ਪ੍ਰੋਡਕਟ ਵਿੱਚ ਆਪਾਂ ਕਿਸੇ ਨਾ ਕਿਸੇ ਤਰੀਕੇ ਵਿੱਚ ਤਰੀਕੇ ਨਾਲ ਹਵਾ ਪੈਦਾ ਕੀਤੀ ਹੈਗੀ, ਚਾਹੇ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਯੂਜ਼ ਕੀਤਾ ਹੈਗਾ ਜਾਂ ਆਪਾਂ ਕੋਈ ਮੈਥਡ ਯੂਜ਼ ਕੀਤਾ ਹੈ ਜੋ ਬੇਕਰੀ ਵਿੱਚ ਆਪਾਂ ਰੋਜ਼ ਯੂਜ਼ ਕਰਦੇ ਹਾਂ ਜਿਵੇਂ ਕ੍ਰੀਮਿੰਗ ਮੈਥਡ। ਤੀਜਾ ਟਰਮ ਹੈਗਾ ਐਲਬਿਊਮਿਨ। ਐਲਬਿਊਮਿਨ ਹੁੰਦਾ ਹੈਗਾ ਜੋ ਅੰਡੇ ਦੀ ਸਫੇਦ ਜਰਦੀ ਹੁੰਦੀ ਹੈਗੀ, ਉਹਨੂੰ ਆਪਾਂ ਐਲਬਿਊਮਿਨ ਕਹਿੰਦੇ ਹੈਗੇ। ਬੇਕ, ਹੁਣ ਬੇਕ ਵਰਡ ਦਾ ਯੂਜ਼ ਕਰਦੇ ਹਾਂ। ਕੋਈ ਵੀ ਚੀਜ਼ ਜਿਹੜੀ ਕੁੱਕ ਕੀਤੀ ਜਾਵੇ ਜਾਂ ਰੋਸਟ ਕੀਤੀ ਜਾਵੇ ਇੱਕ ਬੰਦ ਚੈਂਬਰ ਵਿੱਚ, ਜਿਹਨੂੰ ਕਿ ਆਪਾਂ ਓਵਨ ਕਹਿੰਦੇ ਹੈਗੇ, ਡੈਟ ਇਜ਼ ਕਾਲਡ ਬੇਕਿੰਗ ਔਰ ਰੋਸਟਿੰਗ। ਬੈਟਰ, BATER, ਬੈਟਰ। ਬੈਟਰ ਹੈ, ਬੈਟਰ ਆਪਾਂ ਕਹਿੰਦੇ ਹੈਗੇ ਕੁਛ ਸਮਾਨ ਦਾ ਮਿਸ਼ਰਣ ਜਿਹਨੂੰ ਆਪਾਂ ਪਾਣੀ ਨਾਲ ਗੁੰਨ ਦਿੱਤਾ ਗਿਆ ਹੈਗਾ ਅਤੇ ਜਿਹਦੀ ਪੋਰਿੰਗ ਕੰਸਿਸਟੈਂਸੀ ਹੈਗੀ, ਜਿਹੜਾ ਕਿ ਮਤਲਬ ਆਪ ਤੁਸੀਂ ਉੱਤੋਂ ਪੋਰ ਕਰੋ ਅਤੇ ਉਹ ਇੱਕ ਧਾਰਾ ਜੀ ਬਣਾ ਕੇ ਥੱਲੇ ਡਿੱਗੇ, ਉਹਨੂੰ ਕਹਿੰਦੇ ਹੈ ਬੈਟਰ। ਬਲੀਡਿੰਗ, ਇੱਕ ਟਰਮ ਆਉਂਦਾ ਹੈਗਾ ਇੱਥੇ ਬਲੀਡਿੰਗ। ਨੋਰਮਲੀ ਆਪਾਂ ਜਦ ਵੀ ਆਟਾ ਗੁੰਨਦੇ ਹੈਗੇ ਜਾਂ ਆਟੇ ਨੂੰ ਕੋਈ ਮੈਦੇ ਨੂੰ ਕੋਈ ਸ਼ੇਪ ਦੇਣ ਲੱਗਦੇ ਹੈਗੇ ਬੇਕਰੀ ਵਿੱਚ, ਆਪਾਂ ਉਹਨੂੰ ਕਹਿੰਦੇ ਹਾਂ ਕਿ ਤੁਸੀਂ ਖਿੱਚ ਕੇ ਨਾ ਤੋੜੋ ਉਹਨੂੰ। ਕਿਉਂਕਿ ਅਗਰ ਖਿੱਚ ਕੇ ਤੋੜੋਗੇ ਤਾਂ ਉਹਦੇ ਬਹੁਤ ਜਗ੍ਹਾ ਰਫ ਸਰਫੇਸ ਬਣ ਜਾਣਗੀਆਂ ਜਿਸ ਤੋਂ ਕਿ ਬਹੁਤ ਜ਼ਿਆਦਾ ਹਵਾ ਬਾਹਰ ਨਿਕਲ ਜਾਂਦੀ ਹੈਗੀ ਅਤੇ ਪ੍ਰੋਡਕਟ ਤੁਹਾਡਾ ਬਾਅਦ 'ਤੇ ਉੱਡਾ ਨਹੀਂ ਫੁੱਲੇਗਾ। ਤਾਂ ਆਪਾਂ ਬਲੀਡਿੰਗ ਕਹਿੰਦੇ ਹਾਂ ਜਦ ਕਦੇ ਵੀ ਕੋਈ ਮੈਦੇ ਨੂੰ ਆਪਾਂ ਕੱਟਦੇ ਹੈਗੇ ਅਤੇ ਉਹਦੇ ਵਿੱਚੋਂ ਜਿਹੜੀ ਏਅਰ ਹੈਗੀ ਉਹ ਬਾਹਰ ਨਿਕਲ ਕੇ ਇਵੈਪੋਰੇਟ ਹੁੰਦੀ ਹੈਗੀ, ਉਹਨੂੰ ਕਹਿੰਦੇ ਹੈ ਬਲੀਡਿੰਗ। ਦਾ ਸਕੇਪ ਆਫ ਏਅਰ, ਬੇਸਿਕਲੀ ਇੰਗਲਿਸ਼ ਭਾਸ਼ਾ ਵਿੱਚ ਆਪਾਂ ਕਹਿੰਦੇ ਸਕੇਪ ਆਫ ਏਅਰ ਫਰੋਮ ਕੱਟ ਡੋ ਇਜ਼ ਨੋਨ ਐਜ਼ ਬਲੀਡਿੰਗ। ਬ੍ਰੈਨ, ਬ੍ਰੈਨ ਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਬ੍ਰੈਨ ਹੁੰਦਾ ਹੈ ਜਿਹੜਾ ਗੇਹੂੰ ਹੁੰਦਾ ਹੈ ਉਹਦਾ ਬਾਹਰਲਾ ਹਿੱਸਾ, ਜੋ ਕਿ ਆਪਾਂ ਨਹੀਂ ਯੂਜ਼ ਕਰਦੇ ਹੈਗੇ ਕਿਉਂਕਿ ਉਹਦੇ ਵਿੱਚ ਉਹ ਗਲੂਟਨ ਨੂੰ ਕੱਟ ਦਿੰਦਾ ਹੈਗਾ ਅਤੇ ਬ੍ਰੈਨ ਵਿੱਚ ਹੀ ਮੈਕਸੀਮਮ ਕੁਆਂਟਿਟੀ ਵਿਟਾਮਿਨ ਅਤੇ ਮਿਨਰਲ ਦੀ ਹੁੰਦੀ ਹੈ। ਬ੍ਰੈਡ ਕੀ ਹੁੰਦੀ ਹੈ? ਬ੍ਰੈਡ ਆਪਾਂ ਕਹਿੰਦੇ ਹਾਂ, ਬ੍ਰੈਡ ਕਹਿੰਦੇ ਹਾਂ ਆਪਾਂ ਮੈਦਾ, ਚੀਨੀ, ਯੀਸਟ, ਸਾਲਟ, ਆਇਲ, ਵਾਟਰ ਦਾ ਮਿਸ਼ਰਣ ਜੋ ਕਿ ਓਵਨ ਦੇ ਵਿੱਚ ਆਪਾਂ ਬੇਕ ਕੀਤਾ ਹੈਗਾ, ਉਹਨੂੰ ਆਪਾਂ ਮੂਲਤਾ ਬ੍ਰੈਡ ਕਹਿੰਦੇ ਹੈਗੇ। ਬ੍ਰੈਡ ਫਾਲਟ, ਬ੍ਰੈਡ ਫਾਲਟ ਕੀ ਹੁੰਦੇ ਹੈਗੇ? ਬ੍ਰੈਡ ਫਾਲਟ ਉਹ ਕਮੀਆਂ ਹੈਗੀਆਂ ਤੁਹਾਡੀ ਬ੍ਰੈਡ ਵਿੱਚ ਜੋ ਕਿਸੇ ਨਾ ਕਿਸੇ ਕਾਰਨਵਸ਼ ਆ ਗਈਆਂ ਹੈਗੀਆਂ। ਤੁਹਾਡੀ ਬ੍ਰੈਡ ਨਹੀਂ ਫੁੱਲੀ, ਤੁਹਾਡੀ ਬ੍ਰੈਡ ਬਹੁਤ ਜ਼ਿਆਦਾ ਫੁੱਲ ਗਈ, ਬ੍ਰੈਡ ਫਟ ਗਈ, ਬ੍ਰੈਡ ਦਾ ਕਲਰ ਗੋਲਡਨ ਬਰਾਊਨ ਨਹੀਂ ਆਇਆ, ਉਹ ਸਾਰਾ ਬ੍ਰੈਡ ਫਾਲਟ ਹੈਗੇ। ਅਤੇ ਇਹ ਬ੍ਰੈਡ ਫਾਲਟ ਸਾਡੀ ਕਿਸੇ ਨਾ ਕਿਸੇ ਤਕਨੀਕੀ ਕਮੀ ਜਾਂ ਆਪਾਂ ਜਿਹੜਾ ਮੈਥਡ ਯੂਜ਼ ਕੀਤਾ ਹੈ ਬ੍ਰੈਡ ਬਣਾਉਣ ਨੂੰ ਉਸਦੇ ਕਰਕੇ ਆਉਂਦੇ ਹੈਗੇ। ਅਤੇ ਇਹ ਬਹੁਤ ਜ਼ਰੂਰੀ ਹੈਗੇ, ਜਾਣਨਾ ਇਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਗੇ ਚੱਲ ਕੇ ਆਪਾਂ ਵਧੀਆ ਪ੍ਰੋਡਕਟ ਸਿਰਫ ਤਾਂ ਹੀ ਬਣਾ ਸਕਦੇ ਹਾਂ ਜਾਂ ਸਾਨੂੰ ਇਹਨਾਂ ਕਮੀਆਂ ਬਾਰੇ ਪਤਾ ਹੋਵੇ ਅਤੇ ਇਹ ਕਿਉਂ ਵਾਪਰਦੀਆਂ ਹੈਗੀਆਂ ਉਹਨਾਂ ਬਾਰੇ ਸਾਨੂੰ ਨੌਲੇਜ ਹੋਵੇ। ਬਟਰ ਕਰੀਮ, ਬਟਰ ਕਰੀਮ ਜਿਹੜੇ ਬਿਸਕਿਟ ਬਣਾਉਂਦੇ ਹੈਗੇ, ਕਈ ਵਾਰ ਬੱਚੇ ਮਾਰਕੀਟ ਤੋਂ ਬਿਸਕਿਟ ਲੈ ਕੇ ਆਉਂਦੇ ਹੈਗੇ ਅਤੇ ਉਹਨਾਂ ਵਿੱਚ ਜਿਹੜੀ ਕਰੀਮ ਭਰੀ ਜਾਂਦੀ ਹੈਗੀ ਉਹਨੂੰ ਆਪਾਂ ਬਟਰ ਕਰੀਮ ਕਹਿੰਦੇ ਹੈਗੇ। ਬਟਰ ਕਰੀਮ ਬਣਾਉਣ ਲਈ ਸਿਰਫ ਦੋ ਹੀ ਚੀਜ਼ਾਂ ਚਾਹੀਦੀਆਂ ਹੈਗੀਆਂ, ਬਟਰ ਅਤੇ ਕਰੀਮ। ਦੋਨਾਂ ਨੂੰ ਆਪਾਂ ਬਰਾਬਰ ਮਿਸ਼ਰਣ ਵਿੱਚ ਮਿਲਾ ਕੇ ਬਟਰ ਕਰੀਮ ਬਣਾਉਂਦੇ ਹੈਗੇ ਅਤੇ ਉਹ ਬਿਸਕਿਟ ਵਿੱਚ ਸੈਂਡਵਿਚ ਕਰਦੇ ਹੈ ਅਤੇ ਬੱਚੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਹੈਗੇ। ਬਟਰ ਕਰੀਮ ਆਪਾਂ ਕੇਕ ਉੱਤੇ ਵੀ ਲਾ ਸਕਦੇ ਹੈਗੇ, ਜਦ ਸਾਡੇ ਕੋਲ ਸਿੰਥੈਟਿਕ ਕਰੀਮ ਨਹੀਂ ਹੁੰਦੀ ਸੀ ਤਾਂ ਆਪਾਂ ਬਟਰ ਕਰੀਮ ਦਾ ਹੀ ਪ੍ਰਯੋਗ ਕਰਦੇ ਸੀਗੇ। ਕੈਰਾਮਲਾਈਜ਼ਡ ਸ਼ੂਗਰ, ਕੈਰਾਮਲਾਈਜ਼ ਸ਼ੂਗਰ ਹੁੰਦਾ ਹੈਗਾ ਜਦ ਆਪਾਂ ਸ਼ੂਗਰ ਨੂੰ, ਜਦ ਆਪਾਂ ਚੀਨੀ ਨੂੰ ਗੈਸ ਉੱਤੇ ਰੱਖ ਕੇ ਪਕਾਉਂਦੇ ਹੈਗੇ ਤਾਂ ਉਹ ਹਲਕੀ ਜਿਹੀ ਗੋਲਡਨ ਬਰਾਊਨ ਕਲਰ ਵਿੱਚ ਆ ਜਾਂਦੀ ਹੈਗੀ, ਉਹਨੂੰ ਆਪਾਂ ਕਹਿੰਦੇ ਹਾਂ ਕੈਰਾਮਲਾਈਜ਼ ਸ਼ੂਗਰ।
एक कैरामलाइज शुगर कई प्रोडक्ट विच कलर देने दे काम आती है। तो एक खाण बटर स्कॉच नोगा, जिवें आप नोगा बनाते हैं केक वास्ते, बटर स्कॉच केक वास्ते नोगा बनाते हैं, उत्थे भी काम आती है। कैसीन, कैसीन प्रोटीन हैगा दुध का, कैसीन इज द प्रोटीन प्रेजेंट इन मिल्क। सिट्रोन, सिट्रोन शब्द आप यूज करते है फ्रूट वास्ते जेडे कि मूलतः खट्टी तरह के होंगे, जिमें कि संतरा, नींबू, मौसमी, ये सारे शब्दों को आप सिट्रस फ्रूट के अंडर लेंदे है। तो जोड़ा वह राइंड हों, जो छिलका हों, आप सित्रों कहते हैं। कॉटेज चीज़ पनीर, जिन्हों आप नॉर्मल भाषा में पनीर कहते हैं, हिंदुस्तानी पनीर आप कॉटेज चीज़ कहते हैं। चीज़ बहुत तरह का होंगे, प्रोसैस चीज़, मोजरेला चीज़ बहुत तरह का होंगे। इस तरह ही साडा हिंदुस्तान का जो पनीर है अपन कॉटेज चीज़ इंग्लिश में कहते हैं। क्रीमिंग, क्रीमिंग क्या चीज़ होंगी है? क्रीमिंग एक तरीका है मिकसिंग का, जब आप फैट तो शुगर या फ्लार तो फैट की क्रीमिंग करते हैं, जब उन्होंने मिक्स करते हैं जोर की टेबल उत्ते रख के या मशीन के द्वारा अपन मिक्स करते हैं, तो उसके बहुत सारे हवा के कण बन जाते हैं, जिस करके वो बहुत हल्का मिक्सचर जोड़ा है बहुत हल्का हो जाता है, उन्होंने आप क्रीमिंग कहते हैं नॉर्मल भाषा में। डॉकिंग, डॉकिंग क्या होंगे है? डॉकिंग होंगे है जब आप पीज़ा का बेस बनाते हैं तो वो हवा भर जाती है, उस हवा को क्ढन वास्ते आप फोक नाल, किसी कांटे नाल या कोई तिखी चीज़ नाल जगह जगह छेद कर देंगे है, आप डॉकिंग कहते हैं। डोनट, डोनट की हैगा? डोनट ब्रैड वर्गा ही, ब्रैड की शेप वर्गा ही, ब्रैड का डो ला के ब्रैड की शेप वर्गा ही एक स्वीट, एक मिठा आप कह सकते खाने का, खाने की चीज़ हैगी, जिदे विच एक छोटा जा छेद होंदा हैगा, ते उन्हों चॉकलेट या ब्रेकफास्ट शुगर नाल कोट किया जाता हैगा। इनरिच्ड ब्रैड, अजकल बहुत ज़्यादा एक शब्द चल रहा है इनरिच्ड ब्रैड। इनरिच्ड ब्रैड की होंगी है? हले मैं गल किया क्योंकि आप ब्रैन विटामिन मिनरल सारे कढ़ देंगे है ब्रैड के डो विचों, तो इनरिच्ड ब्रैड वो ब्रैड होंगी है जिदे आप एक्सट्रा विटामिन ते मिनरल ड्राई पाउडर फॉर्म विच बाद विच पा देंगे है ताकि ब्रैड वधिया तरीके नाल बने, उन्हों कहते हैं इनरिच्ड ब्रैड। हुण आपां गल करते हैं फरमेंटेशन, फरमेंटेशन की चीज़ है? फरमेंटेशन जब यीस्ट ते चीनी का रिएक्शन होंदा है तो वो दोनों एक इंजाइम होंदा है जाइमेज करके, यीस्ट विच यीस्ट ते चीनी रिएक्ट करते हैं तो वह पैदा करते हैं कार्बन डाइऑक्साइड, इथाइल अल्कोहल प्लस वाटर, तो जिस करके कि मैदे विच फलावट आती है। ये रिएक्शन नूं आपां फरमेंटेशन कहिंदे हैगे। फार्मूला, हुण एक नया शब्द है फार्मूला, फार्मूला की होंदा है? बेकरी अपने आप विच एक साइंस हैगी, इहदे विच मैं पहले ही दस्सिया है कि फूड प्रोडक्शन वर्गा नहीं हैगा कि तुसीं नमक पाना भुल गए तो तुसीं बात ते पा लिया, इत्थे साडे इत्थे एक फिक्स फार्मूला होंदे हैगे जिस नूं तुसीं यूज़ करना हैगा तां ही तुहाडा प्रोडक्ट बराबर क्वालिटी दा ते क्वांटिटी का तो ही बनेगा। एक फिक्स फार्मूला अपनाना है, अगर तुसी रोज़ 100 ग्राम मैदे विच 5 ग्राम चीनी पाते हो तो 5 ग्राम चीनी ही पानी है तो ही तुहाडा प्रोडक्ट रोज़ एक वर्गा निकलेगा, तो उसनू आपां कहिंदे हां फार्मूला। ग्लूटन, ग्लूटन इज अ प्रोटीन प्रेजेंट इन रिफाइंड फ्लावर, ग्लूटन प्रोटीन का रिफाइंड फ्लावर का मैदे का प्रोटीन है। ग्रीजिंग, ग्रीजिंग करते हैं आप जिते भी आप ब्रैड प्रोडक्ट बनाते हैं उन्होंने सर आप ट्रे में हल्का जहा तेल ला के ग्रीज कर लेंगे है, ये करना जरूरी है, नहीं तो की होएगा जो तो ब्रैड का प्रोडक्ट है समान वो ट्रे उत्ते ही चिपक जाएगा, इसलिए हल्का जहा एक ड्रॉप तेल का डाल के आपल फैला लेंगे है तो वो उत्ते प्रोडक्ट रख के बेक करते हैं, उन्होंने कहते हैं ग्रीजिंग। हाइड्रोजनेटेड फैट, बेकरी भी जो फैट आप यूज़ करते हैं डैट इज़ कॉल्ड हाइड्रोजनेटेड फैट। हाइड्रोजनेटेड जो फैट हैगा वो नॉर्मल रिफाइंड ऑयल हैगा लेकिन वो हाइड्रोजन गैस पास कराई जाती है जिस करके कि एक कैटलिस्ट होंदा है निकल, उस कैटलिस्ट निकल दे मौजूदगी दे विच हाइड्रोजन गैस पास कराई जाती है तो रिफाइंड ऑयल सॉलिड फॉर्म में आ जाता है, उन्होंने कहते हैं हाइड्रोजनेटेड फैट। जिहड़ा बेकरी का फैट हैगा उन्होंने तो फ्रिज में रखने की जरूरत नहीं हैगी,
क्योंकि वह मेल्ट नहीं होता क्योंकि उसका मेल्टिंग टैंपरेचर बहुत ज़्यादा हाई हैगा, जिहदा मेल्टिंग टैंपरेचर 43-44 दे उत्ते हैगा, इसलिए आपां बेकरी विच हाइड्रोजनेटेड फैट यूज़ करते हैं क्योंकि फैट का टैक्सचर हैगा वह बटर तो मिलता जुलता हैगा, बटर विच भी 80% फैट होंदा हैगा, तो जिहड़ी आपां हाइड्रोजनेटेड फैट आपां बेकरी विच यूज़ करते हैं उसदे विच भी 80-100% विच फैट होंदा हैगा। मराइन, मराइन क्या होंदा है? मराइन होंदा है जिहड़ा अंडे का सफेद पार्ट होंदा है उनू ते चीनी नू आपां दोनों नू इकट्ठे मिक्स करके जोर दी विप करते हैं, जदों पीक स्टेज पर पहुँच जाता है उन्होंने आपां मराइन कहते हैं। मराइन बहुत जगह यूज़ किया जाता है, जिवें पाइज वगैरह आप बनाते हैं, पाई टार्ट बनाते हैं, उसकी डेकोरेशन वास्ते आप उस पाइप करते हैं तो उन्होंने ओवन में थोड़ा जा बेक करते हैं तो वह बहुत सुंदर लगता है, उसके ब्राउन जहा कलर आ जाता है जिस करके कि थोड़ा प्रोडक्ट देखने को बहुत वधिया लगता है। प्रूफिंग बॉक्स, इत्थे एक टर्म हैगा प्रूफिंग बॉक्स, ईस्ट एक पर्टिकुलर टैंपरेचर विच ग्रो करती हैगी या अपना काम शुरू करती है, दैट इज़ अराउंड 26°C to 35°C। सर्दियों में जब टैंपरेचर बहुत घट हो जाता है, जब 5-10 डिग्री बाहर होता है तो ईस्ट ग्रो करना बंद कर देती है, तो ईस्ट ताकि ग्रो करे तो साडा प्रोडक्ट दोबारा वापस उड़ा ही फुले जिदा नॉर्मल टाइम टैंपरेचर फुलता है। आप एक डब्बा एक चैंबर बना लेंगे है जिन्होंने आप प्रूफिंग बॉक्स कहते हैं। प्रूफिंग बॉक्स में कुछ नहीं होता, एक पानी का बाउल होता है जो नॉर्मली बिजली की तार अटैच होता है जो कि पानी वैपोरेट होता है तो उस चैंबर के जी ह्यूमिडिटी है उन्होंने बढ़ा देता है जिदे ईस्ट आराम ग्रो कर जाती हैगी, तो आने वाले टाइम तुसी प्रोडक्ट सर्दियों में या गर्मियों में एक समान तरह का प्रोडक्ट बना सकते हो। वाश, एग वाश या मिल्क वाश आप नॉर्मली कहते हैं। ब्रैड के उत्ते ब्रैड डिनर रोल हो गया, ब्रैड हो गया, इन्हों एक शाइन देने वास्ते आप एक वॉश यूज़ करते हैं जिन्हों आप वॉश कहते हैं। बेसिकली ये अंडे की चाहे आप अंडे का प्रयोग कर सकते हैं, अंडे में थोड़ा जा पानी पा के आप ब्रैड के उत्ते ला ला देंगे है जिस करके उसके एक अलग जी तरह की शाइन आती हैगी, उन्होंने आप वॉश कहते हैं। अगर आप अंडा का प्रयोग नहीं करते आप दुध का प्रयोग भी कर सकते हैं।